ਜਦੋਂ ਸੂਰਿਆ ਨੇ ਦੇਖ ਸੀ ਮਿਆਨ ਵਿੱਚੋਂ ਵੈਰੀਆਂ ਦੇ ਢੇਰ ਵੇਖੋ ਲਾਈ ਜਾਂਦੀ ਕੱਟ 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 ਸੁੱਟਦੀ ਵੱਡੇ ਵੱਡੇ ਆਕੀਆਂ ਨੂੰ ਧਰਤੀ ਗਰਾਉਂਦੀ ਤੇ ਲਾਉਂਦੀ ਕਰਾਰੇ ਜਹੇ ਫੱਟ ਫਟਾਫਟ ਕਰਦੀ ਅੱਗਾਂ ਨੂੰ ਵੱਧਦੀ ਵੈਰੀ ਤਾਈ ਆਖਦੀ ਪਿੱਛੇ ਹੱਟ ਬੰਦਾ ਸਿੰਘ ਨੇ ਲਿਖ ਕੇ ਚਿੱਠੀ ਵੱਲ ਵਜੀਦੇ ਕੱਲੀ ਖਾਨਾ ਤੇਰੇ ਸਿਰ ਤੇ ਖੜਕੀ ਆਣ ਅਜਲ ਦੀ ਟੱਲੀ ਓ ਮੌਤ ਤੇਰੀ ਹੁਣ ਨੇੜੇ ਆ ਗਈ ਨਹੀਂ ਲੱਗਣੀਆਂ ਦੇਰਾ ਤੈਨੂੰ ਜਿਉਂਦਾ ਰਹਿਣ ਨਹੀਂ ਦੇਣਾ ਕਲਗੀ ਧਰ ਤੇ ਸ਼ੇਰਾ ਹੁਣ ਤੇਰੇ ਪਾਪਾਂ ਦਾ ਖਾਨਾ ਕਰਨਾ ਅੱਜ ਨਬੇੜਾ ਵੇਖਾਂਗੇ ਹੁਣ ਮਦਦ ਗੀਰ ਵੀ ਕੌਣ ਆਉਂਦਾ ਏ ਤੇਰਾ ਰਣ ਦੇ ਅੰਦਰ ਠਾ ਲੈਣਾ ਹੈ ਤੈਨੂੰ ਮਰਦ ਪਲੇਰਾ ਤੈਨੂੰ ਜਿਉਂਦਾ ਰਹਿਣ ਨਹੀਂ ਦੇਣਾ ਕਲਗੀ ਧਰ ਤੇ ਸ਼ੇਰਾ ਨੀਹਾਂ ਵਿੱਚ ਖਲਿਆਰੇ ਆਇਆ ਤਰਸ ਰਤਾਨਾ ਤੈਨੂੰ ਲਾਲ ਬੇਦੋਸ਼ੇ ਮਾਰੇ ਉਹਨਾਂ ਦਾ ਹੁਣ ਬਦਲਾ ਲੈਣ ਲਈ ਮਦਾ ਪਕਾ ਲਿਆ ਸ਼ੇਰਾ ਤੈਨੂੰ ਜਿਉਂਦਾ ਰਹਿਣ ਨਹੀਂ ਦੇਣਾ ਕਲਗੀ ਧਰ ਦਿਆ ਸ਼ੇਰਾ ਜਾਗ ਪਿਆ ਹੁਣ ਪੰਥ ਖਾਲਸਾ ਕਲਗੀ ਧਰ ਦਾ ਪੁੱਤਰ ਵਿੱਚ ਮੈਦਾਨ ਦੇ ਆ ਕੇ ਖਾਨਾ ਦੇਣਗੇ ਤੈਨੂੰ ਉੱਤਰ ਕਰ ਲੈ ਜੇ ਕੋਈ ਚਾਰਾ ਹੁੰਦਾ ਕਿਆ ਤੈਨੂੰ ਇੱਕ ਵੇਰਾ ਤੈਨੂੰ ਜਿਉਂਦਾ ਰਹਿਣ ਨਹੀਂ ਦੇਣਾ ਕਲਗੀ ਧਰ ਦਿਆ ਸ਼ੇਰਾ ਵੇਖੀ ਤੇਰਾ ਖੂਨ ਪੀਂਦੀਆਂ ਵੇਖੀ ਤੇਰਾ ਖੂਨ ਪੀਂਦੀਆਂ ਹੁਣ ਅਣਖੀ ਤਲਵਾਰਾਂ ਰਣ ਵਿੱਚ ਢਾਲਿਆ ਜਦੋਂ ਖਾਲਸੇ ਕਿਸੇ ਨਾ ਲੈਣੀਆਂ ਸਾਰਾਂ ਪੀਤੀ ਤੇ ਗਾ ਨਿਕਲ ਜਾਣੀਆਂ ਲੇਰਾ ਤੈਨੂੰ ਜਿਉਂਦਾ ਰਹਿਣ ਨਹੀਂ ਦੇਣਾ ਕਲਗੀ ਧਰ ਦਿਆ ਸ਼ੇਰਾ ਦਸਵੇਂ ਗੁਰ ਦੇ ਮਰਦ ਸੂਰਮੇ ਖਾਂਦੇ ਨੇ ਹੁਣ ਖਾਰਾ ਤੈਥੋਂ ਬਦਲਾ ਲੈਣ ਵਾਸਤੇ ਕਰਦੇ ਸ਼ੇਰ ਵਿਚਾਰਾ ਹਰ ਵਿੱਚ ਹੱਥ ਵਿਖਾਉਣੇ ਤੈਨੂੰ ਅਣਖੀ ਸ਼ੇਰ ਦਲੇਰਾ ਤੈਨੂੰ ਜਿਉਂਦਾ ਰਹਿਣ ਨਹੀਂ ਦੇਣਾ ਕਲਗੀ ਧਰ ਦਿਆ ਸ਼ੇਰਾ ਨਿੰਦਰ ਸਿੰਘ ਤੇ